ਕੋਰੋਨਾ ਮਹਾਮਾਰੀ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ। ਕੋਰੋਨਾ ਦਾ ਨਵਾਂ ਵੇਰੀਐਂਟ ਜਿਹੜਾ ਹੈ ਉਹ ਫੈਲਣਾ ਸ਼ੁਰੂ ਹੋ ਗਿਆ ਹੈ। ਇਸ ਸਭ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬਾ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਇਸ ਐਡਵਾਈਜ਼ਰੀ ਦੇ ਵਿੱਚ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ, ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਗਈ ਹੈ ਅਤੇ ਹੋਰ ਜਿਹੜੇ ਹੋਰ ਪਹਿਲੂ ਨੇ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਤੇ ਵੀ ਅਮਲ ਕਰਨ ਲਈ ਕਿਹਾ ਗਿਆ ਹੈ। ਇਸ ਵੇਲੇ ਅਸੀਂ ਕਪੂਰਥਲਾ ਸਰਕਾਰੀ ਹਸਪਤਾਲ 'ਚ ਮੌਜੂਦ ਹਾਂ ਔਰ ਕਿੰਨਾ ਕੁ ਜਿਹੜਾ ਸਿਹਤ ਵਿਭਾਗ ਹੈ ਇਸ ਦੇ ਲਈ ਤਿਆਰ ਹੈ, ਕਿੰਨੀ ਕੁ ਜਿਹੜੀ ਗਾਈਡਲਾਈਨ ਨੂੰ ਫੋਲੋ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ 'ਚ ਦੇਖਾਂਗੇ। ਇਸ ਦੇ ਨਾਲ ਨਾਲ ਅਸੀਂ ਹੁਣ ਸੀਨੀਅਰ ਮੈਡੀਕਲ ਅਫਸਰ ਜਿਹੜੇ ਨੇ ਇਸ ਹਸਪਤਾਲ ਦੇ ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਇਹ ਜਿਹੜੀ ਕੋਰੋਨਾ ਦਾ ਨਵਾਂ ਵੇਰੀਐਂਟ ਆਇਆ ਹੈ ਉਹਦੇ ਲਈ ਕਿੰਨਾ ਕੁ ਤਿਆਰ ਹੈ ਸਿਹਤ ਵਿਭਾਗ? ਜਿਹੜਾ ਕੋਵਿਡ ਦਾ ਨਵਾਂ ਵੇਰੀਐਂਟ ਆ ਰਿਹਾ ਜੀ, ਉਹਦੇ ਵਾਸਤੇ ਅਸੀਂ ਉਦਾਂ ਹੀ ਤਿਆਰ ਹਾਂ ਜਿੱਦਾਂ ਪਹਿਲਾਂ ਵੀ ਤਿਆਰ ਸੀ। ਉਹੀ ਐਡਵਾਈਜ਼ਰੀ ਦੇ ਸੇਮ ਕਿ ਵੀ ਮਾਸਕ ਲਗਾ ਕੇ ਰੱਖੋ, ਆਪਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਸੈਨੇਟਾਈਜ਼ਰ ਦਾ ਯੂਜ਼ ਕਰੋ। ਅਗਰ ਕੋਈ ਘਰ 'ਚ ਕੋਈ ਬਿਮਾਰ ਹੈ ਉਹ ਤੋਂ ਆਪਣਾ ਥੋੜ੍ਹਾ ਜਿਹਾ ਉਹਨਾਂ ਨੂੰ ਮਾਸਕ ਪਾ ਕੇ ਰੱਖਣ ਜਾਂ ਉਹਨਾਂ ਨੂੰ ਸੈਪਰੇਟ ਕਰ ਲੈਣ ਔਰ ਜਿਹੜੇ ਉਹਦੇ ਬਾਕੀ ਫੈਮਿਲੀ ਮੈਂਬਰਸ ਹੈ ਉਹ ਸੈਪਰੇਟ ਰਹਿਣ। ਔਰ ਜਿਹੜਾ ਵੀ ਪੇਸ਼ੈਂਟ ਹੋਸਪਿਟਲ 'ਚ ਆਉਂਦਾ ਹੈ ਜਾਂ ਜਿਹੜਾ ਵੀ ਅਟੈਂਡੈਂਟ ਜਾਂ ਹੋਸਪਿਟਲ 'ਚ ਸਟਾਫ ਹੈਗਾ ਉਹਨੂੰ ਦੇਖ ਰਿਹਾ, ਉਹ ਸਾਰੇ ਮਾਸਕ ਔਰ ਜਿਹੜੀਆਂ ਕੋਵਿਡ ਦੀ ਪ੍ਰੋਟੋਕੋਲਸ ਜਿਹੜੀਆਂ ਪਹਿਲੇ ਸੀਗੀਆਂ ਸੇਮ ਉਦੋਂ ਹੀ ਹਦਾਇਤਾਂ ਨੂੰ ਮੰਨਣ। ਔਰ ਕਿਸੇ ਨੂੰ ਅਗਰ ਪੇਸ਼ੈਂਟ ਨੂੰ ਅਗਰ ਫੀਵਰ ਜਾਂ ਖਾਂਸੀ ਜਾਂ ਜ਼ੁਕਾਮ ਹੈ ਆਪਣੀ ਦਵਾਈ ਨਾ ਕਰਨ। ਅਗਰ ਲੱਗਦਾ ਹੈਗਾ ਕਿ ਕੰਡੀਸ਼ਨ ਖਰਾਬ ਹੋ ਰਹੀ ਹੈ ਤਾਂ ਹੋਸਪਿਟਲ ਆ ਕੇ ਦਿਖਾਉਣ, ਡਾਕਟਰ ਦੀ ਸਲਾਹ ਲੈਣ, ਆਪਣੀ ਮੈਡੀਸਨ ਜਾਂ ਇੱਧਰੋਂ ਲੋੜ ਪੋੜ ਨਾ ਕਰਨ। ਡਾਕਟਰ ਸਾਹਿਬ, ਇਹ ਜਿਹੜਾ ਵੇਰੀਐਂਟ ਹੈ ਕਿਉਂਕਿ ਕੋਰੋਨਾ ਪਹਿਲਾਂ ਬਹੁਤ ਖਤਰਨਾਕ ਰੂਪ ਸੀ, ਇਹ ਵੇਰੀਐਂਟ ਜਾਣਨਾ ਚਾਹਾਂਗੇ, ਤੁਹਾਡੇ ਕੋਲ ਜਾਣਕਾਰੀ ਹੋਵੇਗੀ ਕਿ ਇਹ ਉਨਾ ਹੀ ਖਤਰਨਾਕ ਹੈ ਕਿ ਇਹਦੇ ਵਿੱਚ ਅਜੇ ਬਚਾਅ ਦੀ ਉਮੀਦ ਹੈ ਜੇ ਬੰਦਾ ਹੁੰਦਾ? ਐਜ਼ ਪਰ WHO ਗਾਈਡਲਾਈਨਸ ਇਹ ਵੇਰੀਐਂਟ ਉਨਾ ਜਿਹੜਾ ਹੈਗਾ ਨਹੀਂ ਹੈਗਾ ਸਟਰੋਂਗ, ਔਰ ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ ਔਰ ਹਮੇਸ਼ਾ ਇੱਕ ਬਿਮਾਰੀ ਤੋਂ ਬਚਣ ਵਾਸਤੇ ਸਾਰੇ ਉਪਰਾਲੇ ਕਰਨੇ ਚਾਹੀਦੇ ਹੈ। ਔਰ ਇਹੀ ਮੈਂ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਹੀ ਹਦਾਇਤ ਕਰੂੰਗਾ। ਕਹਿੰਦੇ ਪਹਿਲ ਹਮੇਸ਼ਾ ਡਾਕਟਰ ਤੋਂ ਹੁੰਦੀ ਹੈ ਤਾਂ ਕਿ ਡਾਕਟਰਾਂ ਨੇ ਇਹਨਾਂ ਗਾਈਡਲਾਈਨਸ ਨੂੰ ਤੁਸੀਂ ਇਸ ਸਰਕਾਰੀ ਹਸਪਤਾਲ ਦੇ ਵਿੱਚ ਜ਼ਰੂਰੀ ਕਰ ਦਿੱਤਾ ਹੈ, ਡਾਕਟਰ ਕਰ ਰਹੇ ਨੇ ਇਸ ਗਾਈਡਲਾਈਨਸ ਨੂੰ ਫੋਲੋ? ਹਾਂਜੀ, ਹਸਪਤਾਲ ਦੇ ਵਿੱਚ ਐਜ਼ ਪਰ ਦਾ ਪ੍ਰੋਟੋਕਾਲ ਸਾਰੇ ਸਟਾਫ ਨੂੰ ਮਾਸਕ ਪਾਉਣ ਦੀ ਹਦਾਇਤ ਦੇ ਦਿੱਤੀ ਗਈ ਹੈ ਡਿਪੈਂਡਿੰਗ ਔਨ ਦੇਅਰ ਰਿਕੁਆਇਰਮੈਂਟ। ਅਗਰ ਉਹਨੂੰ ਲੱਗਦਾ ਹੈ ਕਿ N95 ਚਾਹੀਦਾ ਉਹ ਯੂਜ਼ ਕਰ ਸਕਦੇ ਹੈ। ਜਿਹੜਾ ਸਟਾਫ ਜਿੱਦਾਂ ਐਮਰਜੈਂਸੀ 'ਚ ਹੈਗਾ ਉਹਨੂੰ ਕਿਹਾ ਹੈਗਾ ਕਿ N95 ਯੂਜ਼ ਕਰ ਲੈਣ, ਜਿਹੜੇ ਬਾਕੀ ਹੈਗੇ ਹੈ ਪੈਰਾਮੈਡਿਕ ਜਾਂ ਹੋਰ ਡਾਕਟਰ ਹੈਗੇ ਹੈ ਉਹ ਆਪਣੇ ਮਰਜ਼ੀ ਨਾਲ ਕੋਈ ਨਾ ਕੋਈ ਮਾਸਕ ਜ਼ਰੂਰ ਇਸਤੇਮਾਲ ਕਰ ਰਹੇ। ਆਖਿਰ ਦੇ ਵਿੱਚ ਡਾਕਟਰ ਸਾਹਿਬ, ਤੁਸੀਂ ਕਾਫੀ ਲੋਕਾਂ ਨੂੰ OPD ਦੇ ਰਾਹੀਂ ਚੈੱਕ ਕਰਦੇ ਹੋ, ਕਾਫੀਆਂ ਨੂੰ ਕਹਿੰਦੇ ਹੋ, ਕਿੰਨਾ ਕੁ ਲੋਕ ਮੰਨ ਰਹੇ ਨੇ ਇਸ, ਔਰ ਅਗਰ ਨਹੀਂ ਮੰਨਦੇ ਤਾਂ ਕੀ ਨੁਕਸਾਨ ਹੋਣਗੇ? ਇਹ ਸਾਰੀਆਂ ਚੀਜ਼ਾਂ ਦੀ ਜਾਗਰਤੀ ਜੀ ਸਾਰਿਆਂ ਨੂੰ ਦੁਬਾਰਾ ਲੈ ਕੇ ਆਉਣੀ ਪੈਣੀ ਹੈ, ਬਾਰ ਬਾਰ ਹਦਾਇਤਾਂ ਜਾਰੀ ਕਰਕੇ ਬਾਰ ਬਾਰ ਕਹਿ ਕੇ ਇਹ ਸਾਰੀਆਂ ਚੀਜ਼ਾਂ ਨੂੰ ਔਰ ਸਾਰੇ ਉਪਰਾਲਿਆਂ ਨੂੰ ਅਸੀਂ ਵਿੱਚ ਲਿਆ ਸਕਦੇ ਹਾਂ। ਔਰ ਲੋਕ ਸਾਰੀ ਗੱਲਾਂ ਸਮਝਦੇ ਹੈ ਕਿਉਂਕਿ ਉਸ ਕੋਵਿਡ ਦੇ ਦੌਰਾਨ ਉਸ ਟਾਈਮ ਦੇ ਵਿੱਚ ਉਹ ਸਾਰਾ ਕੁਛ ਦੇਖ ਚੁੱਕੇ ਹੈ ਔਰ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਬਿਮਾਰ ਹੋਏ ਔਰ ਇਹ ਚੀਜ਼ ਜਿਹੜੀ ਬਿਮਾਰੀ ਹੈਗੀ ਹੋਰ ਫੈਲੇ। ਸੋ ਇਹ ਸਨ ਸਰਕਾਰੀ ਹੋਸਪਿਟਲ ਦੇ ਡਾਕਟਰ ਸਾਹਿਬ ਜਿਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਜਿਹੜੀਆਂ ਗਾਈਡਲਾਈਨਸ ਐਡਵਾਈਜ਼ਰੀ ਜਾਰੀ ਹੋਈ ਹੈ ਉਸਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ, ਉਸਨੂੰ ਮੰਨਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਜੋ ਕਿ ਪਹਿਲਾਂ ਬਹੁਤ ਭਿਆਨਕ ਰੂਪ ਸੀ ਹੁਣ ਚਾਹੇ ਉਸਦਾ ਵੇਰੀਐਂਟ ਥੋੜ੍ਹਾ ਕਮਜ਼ੋਰ ਹੈ ਪਰ ਇਸ ਨੂੰ ਹਲਕੇ 'ਚ ਨਾ ਲਿਆ ਜਾਵੇ ਅਤੇ ਜਿਹੜੀਆਂ ਗਾਈਡਲਾਈਨਸ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸ ਰੱਖਣਾ ਦੱਸੀਆਂ ਗਈਆਂ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ, ਮੰਨਿਆ ਜਾਵੇ ਤਾਂ ਕਿ ਇਹ ਜਿਹੜੀ ਬਿਮਾਰੀ ਹੈ ਇੱਕ ਵਾਰ ਫਿਰ ਤੋਂ ਮਾਨਵੀ ਜੀਵਨ 'ਤੇ ਹਾਵੀ ਨਾ ਹੋ ਸਕੇ। ਕੈਮਰਾਮੈਨ ਬਿੱਦਰ ਦੇ ਨਾਲ ਸੰਦੀਪ ਓਬਰਾਏ, ਨਿਊਜ਼ 18 ਕਪੂਰਥਲਾ।